ਗੁੜ ਨਾਲੋਂ ਇਸ਼ਕ ਮਿੱਠਾ ਹੋ ਗੁੜ ਨਾਲੋਂ ਇਸ਼ਕ ਮਿੱਠਾ ਹੋ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ ਨੀ ਇਹ ਬੜਾ ਲੱਕੀ ਜਿਹਨੂੰ ਫਿਰੇ ਚੱਕੀ ਗੱਲਾਂ ਇਹਦੇ ਨਾਲ ਘਰੇ ਤੇ ਬੜਾ ਹੱਸਦੀ ਮੁੰਡਾ ਜਿਹੜਾ ਉਹ ਕੁੜੀ ਨੂੰ ਕਹਿ ਰਿਹਾ ਕਿ ਤੂੰ ਹਰ ਵੇਲੇ ਫੋਨ ਤੇ ਲੱਗੀ ਰਹਿੰਦੀ ਆ ਜਦੋਂ ਵੀ ਦੇਖਦਾ ਮੈਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ ਕੈਨੇਡਾ ਵਿੱਚ ਵੇਖ ਰਹੇ ਭਾਰਤ ਵਿੱਚ ਵੇਖ ਰਹੇ ਪ੍ਰਵਾਸੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਜਦੋਂ ਕੋਈ ਗੀਤਕਾਰ ਗੀਤ ਲੈ ਕੇ ਆਉਂਦਾ ਸਮਾਜ ਦੇ ਵਿੱਚ ਤਾਂ ਉਹ ਬੱਚੇ ਬਜ਼ੁਰਗ ਦੇ ਅਧੇੜ ਅਵਸਥਾ ਦੇ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਜਾਂਦਾ ਤੇ ਜ਼ੁਬਾਨ ਤੇ ਚੜ੍ਹਦੇ ਤੱਕ ਹੀ ਕਲਾਮ ਦੀ ਤਰ੍ਹਾਂ ਕਿ ਬੰਦਾ ਹਰ ਸਮੇਂ ਗੁਣਗੁਣਾਉਂਦਾ ਭਾਵੇਂ ਨਹਾਉਂਦਾ ਹੋਵੇ ਕੁਛ ਖਾਂਦਾ ਹੋਵੇ ਉਹਦੀ ਜ਼ੁਬਾਨ ਤੇ ਚੜ੍ਹ ਜਾਂਦਾ ਤਾਂ ਗੱਲ ਮੇਨ ਆਉਂਦੀ ਹੈ ਕਿ ਗੀਤਕਾਰ ਦੇ ਉੱਪਰ ਕਿ ਉਹ ਪਰੋਸਦਾ ਕੀ ਹੈ ਪੇਸ਼ ਕੀ ਕਰਦਾ ਸਮਾਜ ਦੇ ਵਿੱਚ ਤੇ ਅੱਜ ਇੱਕ ਗਾਣਾ ਐਸਾ ਲਾਂਚ ਹੋਇਆ ਜਿਹਦਾ ਨਾਮ ਹੈ ਮੋਬਾਈਲ ਜੀ ਹਾਂ ਮਲਕੀਤ ਭਾਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਸੱਚੀ ਦਿਲ ਖੁਸ਼ ਹੋਇਆ ਧੰਨਵਾਦ ਐਸਾ ਕਨਸੈਪਟ ਸਮਾਜ ਦੇ ਵਿੱਚ ਲੈ ਕੇ ਆਏ ਹਾਏ 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 ਕੀ ਬਾਤ ਹੈ ਜੀ ਪ੍ਰਵਾਸੀ ਟੀਵੀ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਹਾਂਜੀ ਕੈਨੇਡਾ ਤਾਂ ਮੇਰੀ ਜਾਨ ਆ ਕੈਨੇਡਾ ਸਾਡਾ ਇੱਕ ਕਹਿੰਦੇ ਕਹਿੰਦੇ ਦੂਸਰਾ ਪੰਜਾਬ ਹੈ ਕੈਨੇਡਾ ਮਤਲਬ ਪੰਜਾਬ ਬਿਲਕੁਲ 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 ਉਤਰਦੇ ਤੁਹਾਨੂੰ ਲੱਗੂਗਾ ਪੰਜਾਬੀ ਵਿੱਚ ਲਿਖਿਆ ਜੀ ਆਇਆਂ ਨੂੰ ਤੁਸੀਂ ਕੈਨੇਡੀਅਨ ਏਅਰ ਆਪਣੀ ਕੈਨੇਡਾ ਏਅਰ ਕੈਨੇਡਾ 'ਚ ਜਾਓ ਸਾਰਾ ਕੁਛ ਤੁਹਾਨੂੰ ਪੰਜਾਬੀ 'ਚ ਮਿਲੂਗਾ ਸਾਡੇ ਜਿੰਨੇ ਪੰਜਾਬ ਜਿੰਨੇ ਕਹਿੰਦੇ ਪੰਜਾਬ ਨਾਲੋਂ ਜ਼ਿਆਦਾ ਪੰਜਾਬੀ ਉੱਥੇ ਨੇ ਆਪਾਂ ਗੱਲ ਕਰੀਏ ਹੁਣ ਗਾਣਿਆਂ ਦੀ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ ਇਹ ਕੈਨੇਡਾ ਤੋਂ ਸ਼ੁਰੂ ਹੋਇਆ ਦੇਖੋ ਗਾਣਾ ਕੈਨੇਡਾ ਦੇ ਵਿੱਚ ਪਹਿਲਾਂ ਮਸ਼ਹੂਰ ਹੋਇਆ ਔਰ ਪਹਿਲਾਂ ਟੋਰਾਂਟੋ ਬਹੁਤ ਮਸ਼ਹੂਰ ਹੋਇਆ ਟੋਰਾਂਟੋ ਤੋਂ ਵੈਨਕੂਵਰ ਉੱਥੋਂ ਐਸੀ ਵੇਵ ਚੱਲਦੀ ਰਹੀ ਕਿ ਅੱਜ ਹਰ ਪਾਰਟੀ 'ਚ ਚਾਰ ਪੰਜ ਵਾਰੀ ਗੀਤ ਲੱਗਣਾ ਹੀ ਲੱਗਣਾ ਉੱਥੋਂ ਹੀ ਆਈਡੀਆ ਆਇਆ ਸੀਗਾ ਵੀ ਹੁਣ ਜਦੋਂ ਆਪਾਂ ਕਾਲੀ ਐਨਕ ਤਾਂ ਕਰ ਲਿਆ ਇੱਦਾਂ ਦਾ ਗੀਤ ਹੋਰ ਕੀ ਹੋ ਸਕਦਾ ਠੀਕ ਹੈ ਤਾਂ ਫਿਰ ਮੈਨੂੰ ਆਈਡੀਆ ਆਇਆ ਕਿ ਯਾਰ ਲੋਕ ਕਾਲੀ ਐਨਕ ਲਾ ਕੇ ਨਾਲ ਫਿਰ ਮੋਬਾਈਲ ਨਾਲ ਰੀਲਾਂ ਬਣਾਉਂਦੇ ਆ ਸੈਲਫੀਆਂ ਖਿੱਚਦੇ ਆ ਸੋ ਬੈਟਰ ਹੈ ਕਿ ਹੁਣ ਮੋਬਾਈਲ 'ਤੇ ਗੱਲ ਕਰੀਏ ਅਤੇ ਉਹਨਾਂ ਲਿਖਣਾ ਬੜਾ ਔਖਾ ਸੀ ਪਰ ਮੈਂ ਕੋਸ਼ਿਸ਼ ਕੀਤੀ ਕਿ ਉਹਨੂੰ ਥੋੜ੍ਹਾ ਰੋਮਾਂਟਿਕ ਬਣਾ ਦਿੰਦੇ ਹਾਂ ਮੁੰਡਾ ਜਿਹੜਾ ਉਹ ਕੁੜੀ ਨੂੰ ਕਹਿ ਰਿਹਾ ਕਿ ਤੂੰ ਹਰ ਵੇਲੇ ਫੋਨ 'ਤੇ ਲੱਗੀ ਰਹਿੰਦੀ ਹੈ ਜਦੋਂ ਵੀ ਦੇਖਦਾ ਮੈਂ ਤੂੰ ਕਦੇ ਫੋਨ ਨੂੰ ਇੰਨਾ ਦੇਖਦੀ ਹੈ ਇੰਨਾ ਤਾਂ ਮੈਨੂੰ ਵੀ ਨਹੀਂ ਦੇਖਦੀ ਹਰ ਬੰਦੇ ਦੇ ਸਾਰੇ ਇੱਦਾਂ ਹੀ ਹੋ ਗਿਆ ਨਾ ਆਪਾਂ ਵੀ ਸਾਰੇ ਵੀ ਜਦੋਂ ਸਾਰੀ ਦਿਹਾੜੀ 'ਚ ਕਿੰਨੀ ਵਾਰੀ ਫੋਨ ਨੂੰ ਦੇਖਦੇ ਤੂੰ ਮਤਲਬ ਇਮੈਜੀਨੇਸ਼ਨ ਕਰਦਾ ਕਿ ਕਾਸ਼ ਮੈਂ ਤੇਰਾ ਮੋਬਾਈਲ ਫੋਨ ਹੁੰਦਾ ਮੋਬਾਈਲ ਮੈਨੂੰ ਲੱਗਦਾ ਅੱਜ ਹਰ ਇੱਕ ਦੀ ਜ਼ਿੰਦਗੀ 'ਚ ਬਣ ਗਿਆ ਏਦਾਂ ਕਦੇ ਵੱਖਰਾ ਨਹੀਂ ਹੁੰਦਾ ਮੈਂ ਕਹਿੰਦਾ ਜੇ ਕੋਈ ਬੱਚਾ ਪੋਟੀ ਜਾਂਦਾ ਮੋਬਾਈਲ ਨਾਲ ਲੈ ਕੇ ਜਾਂਦਾ ਸਾਰਿਆਂ ਦਾ ਹੀ ਕੰਮ ਅਸੀਂ ਨਾ ਖਾਣੇ ਕੰਸੈਂਟਰੇਟ ਕਰਦੇ ਹਾਂ ਨਾ ਅਸੀਂ ਜਾਣੇ ਕੰਸੈਂਟਰੇਟ ਕਰਦੇ ਹਾਂ ਮੋਬਾਈਲ ਫੋਨ ਹਮੇਸ਼ਾ ਨਾਲ ਹੀ ਹੁੰਦਾ ਇਹ ਅੱਗੇ ਅਖਬਾਰ ਪੜ੍ਹਦੇ ਹੁੰਦੇ ਸੀ ਹੁਣ ਮਤਲਬ ਇਹ ਕਿਹਦਾ ਨਾ ਵੀ ਮੋਬਾਈਲ ਜ਼ਰੂਰੀ ਹੋ ਗਿਆ ਮੋਬਾਈਲ ਤਾਂ ਹੁਣ ਮਤਲਬ ਇੱਕ ਐਸਾ ਨੀਡ ਹੋ ਗਿਆ ਕਿ ਮਤਲਬ ਬੰਦਾ ਭੁੱਖਾ ਰਹਿ ਸਕਦਾ ਤੁਸੀਂ ਕਦੇ ਘਰ ਮੋਬਾਈਲ ਰਹਿ ਜਾਵੇ ਸਹੀ ਦੇਖੋ ਉੱਥੋਂ ਹੀ ਗੱਡੀ ਮੋੜਦੇ ਉਹ ਮੇਰਾ ਫੋਨ ਰਹਿ ਗਿਆ ਉਹ ਭਰਾਵਾ ਮੇਰਾ ਫੋਨ ਹੈ ਸੋ ਬੜਾ ਜ਼ਰੂਰੀ ਹੋ ਗਿਆ ਤੇ ਮੈਂ ਸੋਚਦਾ ਸੀ ਮੋਬਾਈਲ ਇੱਦਾਂ ਦਾ ਵੀ ਕੋਈ ਗਾਣਾ ਹੋਣਾ ਚਾਹੀਦਾ ਵੀ ਮੋਬਾਈਲ 'ਤੇ ਕੋਈ ਗਾਣਾ ਬਣਿਆ ਨਹੀਂ ਅਤੇ ਉਹ ਅਸੀਂ ਹੁਣ ਰਿਲੀਜ਼ ਕੀਤਾ ਜੀ ਅਤੇ ਜੇ ਕੇ ਨੇ ਇਹਦਾ ਮਿਊਜ਼ਿਕ ਕੀਤਾ ਐਂਡ ਇਹਦੀ ਮੈਂ ਬਹੁਤ ਸੋਹਣੀ ਵੀਡੀਓ ਬਣਾਈ ਆ ਬਿਲਕੁਲ ਐਂਡ ਅਸੀਂ ਤੁਹਾਨੂੰ ਪਤਾ ਕਦੇ ਵੀ ਪਹਿਲਾਂ ਵੀ ਕੰਸਨਟ੍ਰੇਟ ਹਮੇਸ਼ਾ ਵਧੀਆ ਗਾਣਿਆਂ 'ਤੇ ਕੀਤਾ ਕਦੇ ਵੀ ਕੋਈ ਇੱਦਾਂ ਦੀ ਕੰਪਰੋਮਾਈਜ਼ ਕੀਤਾ ਹੀ ਨਹੀਂ ਕਿ ਮਤਲਬ ਪਹਿਲਾਂ ਸਾਡੀ ਵੀਡੀਓ ਖਰਾਬ ਹੋ ਗਈ ਥੋੜ੍ਹੀ ਅਸੀਂ ਉਹ ਕੱਟ ਕੇ ਦੁਬਾਰਾ ਵੀਡੀਓ ਫਿਰ ਦੁਬਾਰਾ ਬਣਾਈ ਚੰਗੀ ਚੀਜ਼ ਦੇਣੀ ਹਾਂ ਚੰਗੀ ਹੀ ਚੀਜ਼ ਦੇਣੀ ਆ ਜੇ ਮਲਕੀਤ ਸਿੰਘ ਦਾ ਬਗੈਰ ਨਾ ਜੁੜਿਆ ਬਗੈਰ ਕੰਟਰੋਵਰਸੀ ਤੋਂ ਅਤੇ ਉਹ ਉੱਦਾਂ ਦੀ ਹੀ ਗੱਲ ਹੋਣੀ ਚਾਹੀਦੀ ਆ ਨਾ ਕਿ ਅਸੀਂ ਕੋਈ ਉਹਦੇ ਵਿੱਚ ਕੋਈ ਗਲਤ ਲਫ਼ਜ਼ ਹੋਵੇ ਇਕੱਲੇ ਇਕੱਲੇ ਲਫ਼ਜ਼ ਬਾਰੇ ਖਿਆਲ ਰੱਖਣਾ ਪੈਂਦਾ ਉਹਨੂੰ ਪਹਿਲਾਂ ਹੀ ਕੱਟ ਦਿੰਦੇ ਹਾਂ ਵੀ ਇਹ ਸਾਡੇ ਪਰਿਵਾਰ 'ਚ ਸੁਣਨ ਵਾਲਾ ਨਹੀਂ ਹੈ ਜਿਹੜਾ ਵੀ ਗੀਤ ਹੋਊਗਾ ਪਰਿਵਾਰਿਕ ਹੋਊਗਾ ਬੱਚੇ ਨੂੰ ਵੀ ਚੰਗਾ ਲੱਗੇ ਨੌਜਵਾਨਾਂ ਨੂੰ ਵੀ ਚੰਗਾ ਲੱਗੇ ਬਜ਼ੁਰਗਾਂ ਨੂੰ ਵੀ ਚੰਗਾ ਲੱਗੇ ਹੁਣ ਜਿਵੇਂ ਕਾਲੀ ਐਨਕ ਸੀ ਬਿਲਕੁਲ 4 ਸਾਲ ਦਾ 3 ਸਾਲ ਦਾ ਬੱਚਾ ਵੀ ਲਾ ਕੇ ਨੱਚਦਾ ਹੈਨਾ ਡਾਂਸ ਕਰਦਾ ਆਪਣੀ ਨਾਨੀ ਨੂੰ ਆਪਣੀ ਦਾਦੀ ਦੇ ਐਨਕਾਂ ਲਾ ਕੇ ਕਹਿੰਦਾ ਵੀ ਤੂੰ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਹੈ ਦਾਦੀਆਂ ਵੀ ਸਾਡੀਆਂ ਮਾਵਾਂ ਉਹ ਵੀ ਕਿਸੇ ਦੀਆਂ ਕੁੜੀਆਂ ਸੀ ਹੈਨਾ ਉਹ ਲਾ ਕੇ ਸਾਰੀਆਂ ਡਾਂਸ ਕਰਦੀਆਂ ਸੋ ਮੈਂ ਜਿੰਨੇ ਵੀ ਲਫ਼ਜ਼ ਜਾਂ ਜਦੋਂ ਵੀ ਕੋਈ ਗੀਤ ਲਿਖਦਾ ਤਾਂ ਮੈਂ ਸੋਚਦਾ ਵੀ ਪਹਿਲਾਂ ਪਰਿਵਾਰ 'ਚ ਸੁਣਾਇਆ ਜਾਵੇ ਫਿਰ ਉਹਨੂੰ ਗਾਂ ਕੀਤਾ ਬਿਲਕੁਲ ਤੁਹਾਡੀ ਗੱਲ ਸੁਣ ਕੇ ਮੈਨੂੰ ਇੱਕ ਗੱਲ ਯਾਦ ਆਈ ਕਹਿੰਦੇ 2 ਪੈਰ ਘੱਟ ਤੁਰਨਾ ਤੁਰਨਾ ਮੜਕ ਦੇ ਨਾਲ ਬਿਲਕੁਲ ਵੀ ਚੀਜ਼ ਘੱਟ ਦੇਣੀ ਘੱਟ ਖਾਣਾ ਪਰ ਖਾਣਾ ਸ਼ੌਕੀਨਾ ਚੀਜ਼ ਵਧੀਆ ਪਰੋਸਣੀ 1 ਸਾਲ ਤੇ 7 ਮਹੀਨਿਆਂ ਬਾਅਦ ਆਪਾਂ ਗਾਣਾ ਰਿਲੀਜ਼ ਕੀਤਾ ਹੈ ਹਾਂ ਇੱਕ ਕਾਲੀ ਐਨਕ ਤੋਂ ਬਾਅਦ
क्योंकि लोग तुम स्रोतिया ने पसंद ही इन्ना किया, इन्ने बिजी इन्ने हो गए, फिर ओरी जी ए मोबाइल फोन का जी वीडियो थोड़ी रोंग हो गई सी, वो थोड़ी बॉम्बे स्टाइल हो गई, घट कपड़े वाली हो गई, मैं क्या तो लोगों ने मेरा मैनू मेरे मगर पै जाना भी जे मैं ही इदा की गल करूँगा तो नहीं, पूरी वीडियो दोबारा शूट किए फिर उन्ने ही पैसे स्पेंड किए, पर कोई ना तुम देने वाले थोड़े ही पैसे स्रोतिया का प्यार है। ਭਾਜੀ ਇੱਕ ਗੱਲ ਹੈ ਬਹੁਤ ਵੱਡੀ, ਕਹਿੰਦੇ ਆਪਾਂ ਅਕਸਰ ਸੁਣਿਆ ਹੈ ਬਹੁਤ ਵੀਡੀਓ ਦੇ ਵਿੱਚ, ਤੁਸੀਂ ਵੀ ਸੁਣਿਆ ਹੋਣਾ ਕਿ ਜਿੰਨੇ ਵੀ ਵੱਡੇ ਆਰਟਿਸਟ ਆਪਾਂ ਅਕਸਰ ਐਡਮਾਇਰ ਹੁੰਦੇ ਆਪਣੀ ਇੱਛਾ ਦੇ ਅਕੋਰਡਿੰਗ ਵੀ, ਹਾਂ ਯਾਰ ਆਪਾਂ ਕਿਸੇ ਚੰਗੇ ਵਿਅਕਤੀ ਨੂੰ ਸੁਣੀਏ ਤੇ ਉਹਨਾਂ ਦੀ ਗੱਲਾਂ ਨੂੰ ਆਪਾਂ ਆਪਦੇ ਅੰਦਰ ਘਰ ਕਰੀਏ, ਹੈਨਾ। ਤੇ ਵੱਡੇ ਐਕਟਰ ਤੋਂ ਸੁਣਨ ਦਾ ਇਹੀ ਆਇਆ ਕਿ ਅਸੀਂ ਮੋਬਾਈਲ ਦਾ ਬਹੁਤ ਘੱਟ ਇਸਤੇਮਾਲ ਕਰਦੇ ਹਾਂ, ਘੱਟੋ ਘੱਟ ਉਹਨੂੰ ਯੂਜ਼ ਕਰਦੇ ਹਾਂ, ਹੋ ਸਕੇ ਤੇ ਕਨਾਲ ਪੀਏ ਰੱਖਦੇ ਹਾਂ ਵੀ ਸਾਡਾ ਮੋਬਾਈਲ ਉਹ ਤੱਕ ਲੈ ਕੋਈ ਨਾ ਕੋਈ ਖਾਸ ਕਾਲ ਸੁਣਦੇ ਹਾਂ। ਤੇ ਅੱਜ ਦੇ ਸਮੇਂ 'ਚ ਇਹ ਚੀਜ਼ ਸੁਣ ਕੇ ਵੀ ਲੋਕ ਫਿਰ ਵੀ ਮੋਬਾਈਲ ਦੇ ਵਿੱਚ ਜ਼ਿਆਦਾ ਲੱਗੇ ਰਹਿੰਦੇ ਨੇ, ਉਹਦੇ ਉੱਪਰ ਤੁਸੀਂ ਗਾਣਾ ਕੱਢਦੇ ਹੋ, क्योंकि मैं लगता है मोबाइल से ही सारा कुछ हो गया पूरा ही तुम कहते दुनिया ही चकी फिरते हैं। बिल्कुल मोबाइल दे विच पहलों तुसी देखो कि किसी नूं ईमेल भी करनी हुंदी सी, बंदा कहिंदा यार मैं ऑफिस जाके तैनूं करदा जां मैं घरों कंप्यूटर तों करदा। बिल्कुल हुण तां हद ही हो गई, मोबाइल जिहड़ा ओह कैमरे भी खा गया, ओह वीडियो भी खा गया, ओह साडा रिकॉर्ड भी खा गया, साडा म्यूजिक भी खा गया खा गया, क्योंकि जिहड़ा आपां हुण जिहड़े कहिंदे वी सोशल मीडिया बड़ा आ गया जी, ये बड़ा प्रमोट करना सौखा हो गया, प्रमोट करना कितने सौखा हो गया, हुण तां सगों घर घर जाके रौली पाउण वाली गल हो गई, पहलों साडा म्यूजिक बिकदा सी, हुण तुसीं देखदे आ असीं हुण गाणा नवा रिलीज़ कीता, मैं इंडिया च आण के सारे तुहानूं जिद्दां सारिआं नूं इंटरव्यू दे रहा प्रमोट कर रहा, पर नाल मैं स्रोतिआं नूं यही कह रहा भी हुण यूट्यूब ते आ गया जी, इहनूं तुसीं देखो ते शेयर करो। पहलों हुंदा सी भी तुसीं इहनूं म्यूजिक शॉपां ते जाके इहदी टेप खरीदो, इहदी सीडी भी आ गई है जी, इहदा रिकॉर्ड भी, असीं तिन्ने चीज़ां वेचियां, पर असीं रिकॉर्ड भी बनाए, असीं सीडियां भी बनाईआं, असीं कैसटां भी वेचियां, बिल्कुल उह कवर हो जांदी सी सारी जिहड़ी कॉस्ट आ, ते हुण तां मतलब कहिंदे भी कलाकारां दा वी मिंत वाला ही आ वी ਭਾਜੀ ਇਹਨੂੰ ਵੀ ਦੇਖ ਕੇ ਸ਼ੇਅਰ ਕਰੋ ਤੇ ਇਹਨੂੰ ਇੰਜੋਏ ਕਰੋ। ਭਾਜੀ ਕਹਿੰਦੇ ਕਲਾਕਾਰ ਹੋ ਗਏ ਜੱਗ ਦਾ ਸਰਮਾਇਆ ਹੁੰਦੇ ਨੇ, ਜਿਹੜੀ ਚੀਜ਼ ਉਹ ਪਰੋਸਦਾ ਨਾ ਸਮਾਜ ਉਹਨੂੰ ਐਕਸੈਪਟ ਕਰ ਲੈਂਦਾ, ਜੇ ਸਾਹਮਣੇ ਚੰਗੀ ਚੀਜ਼ ਲੱਗੇ ਤੁਹਾਡੇ ਹਰ ਗਾਣੇ ਨੂੰ ਸਮਾਜ ਨੇ ਐਕਸੈਪਟ ਕੀਤਾ ਤਾਂ ਤੁਸੀਂ ਇਸ ਵਾਰ ਲੈ ਕੇ ਇਹਨੂੰ ਮੋਬਾਈਲ ਦਾ ਗਾਣਾ, ਪਹਿਲਾਂ ਦੋ ਬੋਲ ਸੁਣਾ ਦਿਓ, ਦੋ ਤੁਹਾਨੂੰ ਇੱਕ ਹੋਰ ਗੱਲ ਕਰਦਾ, ਦੋ ਬੋਲ ਸੁਣਾ ਦਿਓ ਜੱਗ ਨੂੰ। ਦੇਖੋ ਜੀ ਉਹ ਗੱਲ ਹੈ ਕਿ ਵੀ ਸੀਨ ਸੋਹਣੀ ਏ ਸਾਥੋਂ ਤਾਂ ਤੇਰਾ ਮੋਬਾਈਲ ਚੰਗਾ, ਜਿਹਨੂੰ ਸਾਰਾ ਦਿਨ ਕੋਲ ਤੂੰ ਰੱਖਦੀ ਨੀ, ਇਹ ਬੜਾ ਲੱਕੀ ਜਿਹਨੂੰ ਫਿਰੇ ਚੱਕੀ, ਗੱਲਾਂ ਇਹਦੇ ਨਾਲ ਘਰੇ ਤੇ ਬੜਾ ਹੱਸਦੀ, ਹਾਏ ਸੋਹਣੀਏ ਜੇ ਤੇਰਾ ਹੁੰਦਾ ਮੈਂ ਮੋਬਾਈਲ ਨੀ, ਹਰ ਵੇਲੇ ਨੀ ਆਈ ਆਲਵੇਸ ਵਿਦ ਯੂ, ਹਾਏ ਹਰ ਵੇਲੇ ਨੀ ਮੈਂ ਤੇਰੇ ਰਹਿੰਦਾ ਨਾਲ ਨਾਲ ਨੀ, ਹਾਏ ਸੋਹਣੀਏ ਜੇ ਤੇਰਾ ਹੁੰਦਾ ਮੈਂ ਮੋਬਾਈਲ ਨੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਗਾਣਾ, ਅਤੇ ਜਿਹੜੇ ਸ਼ਬਦ ਨੇ ਉਹ ਵੀ ਬਹੁਤ ਸੋਹਣੇ ਲੈ ਗਏ ਹੋਏ ਨੇ ਤੁਸੀਂ, ਤੁਸੀਂ ਆਪ ਲਿਖਿਆ ਜਦੋਂ ਗਾਣਾ। ਇਹ ਵੀ ਗੱਲ ਭਾਜੀ ਜਦੋਂ ਕਹਿੰਦੇ ਰੱਬ ਨੇ ਕੋਈ ਬਖਸ਼ਿਸ਼ ਕੀਤੀ ਹੋਵੇ ਕਿਸੇ ਕਲਾ ਦੀ ਆਪਣੇ 'ਚ ਹੋਵੇ ਤਾਂ ਉਹਨੂੰ ਚੰਗੇ ਪਾਸੇ ਲਾਓ ਤਾਂ ਲੱਖਾਂ ਲੋਕਾਂ ਦੀ ਦੁਆਵਾਂ ਮਿਲਦੀਆਂ ਨੇਗੀਆਂ। ਕਿਸੇ ਬੰਦੇ ਨੇ ਕਿਹਾ ਸੀਗਾ ਕਹਿੰਦਾ ਜੇ ਮੈਂ 1 ਕਰੋੜ ਰੁਪਇਆ ਕਮਾ ਲੈਂਦਾ ਤੇ ਮੈਂ ਉਹਦੀ ਕੋਠੀ ਲੈ ਲੈਂਦਾ, ਸ਼ਾਇਦ ਮੈਂ ਇੱਕ ਘਰ 'ਚ ਰਹਿੰਦਾ, ਅੱਜ ਮੈਂ 1 ਕਰੋੜ ਲੈਤਾ ਨਹੀਂ ਕਿਸੇ ਚੀਜ਼ ਦਾ, ਅੱਜ ਮੈਂ 1 ਕਰੋੜ ਲੋਕਾਂ ਦੇ ਘਰਾਂ ਦੇ ਵਿੱਚ ਮੇਰੀ ਇੱਕ ਕੋਠੀ ਬਣੀ ਹੈ ਦਿਲਾਂ ਦੇ ਵਿੱਚ। ਬਿਲਕੁਲ ਤਾਂ ਬਿਲਕੁਲ ਇਸੇ ਕਹਿੰਦੇ ਤਰਜ਼ ਨੂੰ ਲੈ ਕੇ ਤੁਸੀਂ ਗਾਣਾ ਕੱਢਿਆ ਹੈ, ਤੁਸੀਂ ਹੋਰ ਚੀਜ਼ ਕਿਉਂਕਿ ਅੱਜ ਜੱਗ ਦੇ ਵਿੱਚ ਤੁਹਾਨੂੰ ਬਹੁਤ ਹੋਰ ਆਫਰਾਂ ਹੋਈਆਂ ਹੋਣੀਆਂ ਗਾਣੇ ਦੀਆਂ। ਹਾਂਜੀ ਹਾਂਜੀ, ਬਹੁਤ ਸਿੰਪਲ ਹੋਣਾ ਚਾਹੀਦਾ, ਬਹੁਤ ਕੈਚੀ ਟਿਊਨ ਹੋਣੀ ਚਾਹੀਦੀ। ਮੈਂ ਜਦੋਂ ਗਈ ਮੈਂ ਗਾਉਣਾ, ਮੈਂ ਪਹਿਲਾਂ ਮੈਂ ਇਹ ਸੋਚਦਾ ਕਿ ਗਾਣਾ ਮੇਰਾ, ਕਿਉਂਕਿ ਮੇਰੇ ਨਾਲ ਲੋਕ ਗਾਉਂਦੇ ਨੇ, ਮੇਰਾ ਗੀਤ ਲੋਕ ਗੀਤ ਹੈ, ਲੋਕਾਂ ਲਈ ਬਣਾਉਣਾ ਮੈਂ, ਮੈਂ ਉਹਦੇ ਵਿੱਚ ਇਹ ਨਹੀਂ ਵੀ ਮੈਂ ਦੁਨੀਆਂ ਭਰ ਦੀਆਂ ਕਰਾਰੀਆਂ ਫਿੱਟ ਕਰਕੇ ਵਿੱਚ ਛੱਡ ਦਿਆਂ ਜਾਂ ਮੈਂ ਉਹਨੂੰ ਹੋਰ ਕੁਝ ਉਹਨੂੰ ਔਖਾ ਕਰ ਦਿਆਂ, ਮੈਂ ਇਹ ਸੋਚਦਾ ਮੈਂ ਕਲਾਕਾਰ ਤਾਂ ਗਾ ਲੂੰਗਾ, ਮੈਂ ਤਾਂ ਗਾ ਲੂੰਗਾ, ਪਰ ਮੇਰੇ ਜਿਹੜੇ ਸਰੋਤੇ ਆ ਉਹ ਗਾ ਸਕਦੇ, ਸਹੀ ਉਹ ਉਸ ਤਰੀਕੇ ਨਾਲ ਗਾਣਾ ਰੱਖੀਦਾ, ਜਿਵੇਂ ਮੈਂ ਕਹਿੰਦਾ ਮੈਂ ਕਹਿੰਦਾ ਵੀ ਹਾਏ ਸੋਹਣੀਏ ਜੇ ਤੇਰਾ ਹੁੰਦਾ ਮੈਂ ਮੋਬਾਈਲ ਨੀ, ਇਹ ਗੱਲ ਸਰੋਤਿਆਂ ਨੇ ਵੀ ਗਾਉਣੀ, ਹਾਏ ਸੋਹਣੀਏ ਤੇਰਾ ਹੁੰਦਾ, ਉਹਨਾਂ ਨੇ ਨੱਚਣਾ ਵੀ ਆ ਤੇ ਨਾਲ ਗਾਉਣਾ ਵੀ ਆ, ਸੋ ਉਹ ਚੀਜ਼ਾਂ ਮੈਂ ਖਿਆਲ ਰੱਖਦਾ ਤੇ ਵਰਡਿੰਗ ਚੰਗੀ ਲੈ ਕੇ ਆਉਣਾ। ਘਰ ਦੇ ਵਿੱਚ ਸੁਣਨ ਵਾਲੀ ਗੱਲ ਹੁੰਦੀ ਆ, ਕਿਸੇ 'ਤੇ ਕੋਈ ਇਤਰਾਜ਼ ਨਾ ਹੋਵੇ, ਚੰਗੀ ਚੰਗੀ ਤਰ੍ਹਾਂ ਉਹਦੀ ਵੀਡੀਓ ਬਣਾਓ, ਵੀਡੀਓ 'ਚ ਵੀ ਉਹ ਸੋਹਣਾ ਚੰਗਾ ਲੱਗਣਾ ਦਿਸਣਾ ਚਾਹੀਦਾ, ਵੀਡੀਓ ਵੀ ਇੱਦਾਂ ਨਹੀਂ ਹੋਵੇ ਵੀ ਤੁਸੀਂ ਐਵੇਂ ਊਟ ਪਟਾਂਗ ਜੀ ਵੀਡੀਓ ਬਣਾ ਦਿਓ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ, ਸੋ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਉਹ ਫਿਰ ਤੁਹਾਨੂੰ ਚੰਗੀਆਂ ਲੱਗਦੀਆਂ। ਕਦੇ ਜ਼ਿੰਦਗੀ 'ਚ ਐਸਾ ਹੋਇਆ ਕਿਸੇ ਬੀਬੀ ਨਾਲ ਐਸਾ ਵਾਕਿਆ ਦੇ ਵਿੱਚ ਹੋਇਆ, ਤੁਸੀਂ ਵੈਸੇ ਤਾਂ ਕੋਈ ਚੀਜ਼ ਲਿਖਦੇ ਆਪਾਂ ਉਹ ਸੱਚਾਈ 'ਤੇ ਲਿਖਦੇ, ਸੱਚਾਈ ਹੁੰਦੀ ਹੈ, ਤੁਸੀਂ ਜਦੋਂ ਗਾਣਾ ਲਿਖਿਆ ਕਿਹੜੀ ਤੁਸੀਂ ਐਸੀ ਜ਼ਿੰਦਗੀ 'ਚ ਕਿਹੜਾ ਦ੍ਰਿਸ਼ ਦੇਖਿਆ ਸੀ ਜਿਹਨੂੰ ਦੇਖ ਕੇ ਤੁਹਾਡੇ ਦਿਲ ਦੇ ਵਿੱਚ ਗੱਲ ਆਈ ਵੀ ਹਾਂ ਹਾਏ ਸੋਹਣੀ ਐਵੇਂ ਤੇਰਾ
ਹੁੰਦਾ ਜੀ ਮੋਬਾਈਲ ਇਹ ਤਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਬੰਦਾ ਅੱਜ ਹਰ ਬੰਦਾ ਹੀ ਕੁੜੀਆਂ ਹੀ ਨਹੀਂ ਬੰਦਾ ਵੀ ਆਪਾਂ ਵੀ ਘੜੀ ਘੜੀ ਆਪਾਂ ਫੋਨ ਨੂੰ ਦੇਖਦੇ ਹਾਂ ਬਿਲਕੁਲ ਤੇ ਉਹ ਮੁੰਡਾ ਜਿਹੜਾ ਉਹ ਇਹ ਸੋਚਦਾ ਕਿ ਯਾਰ ਤੂੰ ਘੜੀ ਘੜੀ ਉਹਦੇ ਵੱਲ ਦੇਖਦੀ ਇੰਨਾ ਤਾਂ ਸਾਰਾ ਦਿਨ ਤੂੰ ਮੈਨੂੰ ਨਹੀਂ ਦੇਖਦੀ ਮੇਰੀ ਲੁੱਕ ਆਫਟਰ ਨਹੀਂ ਕਰਦੀ ਇਹਨੂੰ ਜਿੱਥੇ ਲੈ ਕੇ ਜਾਂਦੀ ਜਦੋਂ ਪਾਰਟੀ ਵਿੱਚ ਤੂੰ ਜਾਂਦੀ ਮੈਨੂੰ ਨਾਲ ਲਿਜਾਂਦੀ ਕਿਤੇ ਗੁੰਮ ਨਾ ਹੋ ਜਾਵਾਂ ਮੇਰਾ ਰਤਾ ਬਸਾ ਨਾ ਖਾਂਦੀ ਤੂੰ ਜਾਂਦੀ ਸਹੇਲੀ ਨੂੰ ਸਮਝਾ ਕੇ ਨੀ ਕੋਈ ਲੈ ਨਾ ਜਾਏ ਚਰਾ ਕੇ ਰੱਖੀ ਰੱਖੀ ਨੀ ਇਹਦਾ ਰੱਖੀ ਤੂੰ ਖਿਆਲ ਨੀ ਜਿਹੜੇ ਹੁਣ ਅੱਗੇ ਜਿੱਦਾਂ ਮਲਕ ਦਾ ਨਾਂ ਦੇਖਦੇ ਹੀ ਰਹਿੰਦੇ ਆ ਵੀ ਅੱਜ ਵੀ ਫਲਾਨੇ ਥਾਂ ਏਦਾਂ ਹੋਇਆ ਅੱਜ ਵੀ ਭਗਵੰਤ ਮਾਨ ਨੇ ਏਦਾਂ ਕਿਹਾ ਅੱਜ ਵੀ ਫਲਾਨੇ ਬੰਦੇ ਨੇ ਆ ਹੋਇਆ ਅੱਜ ਵੀ ਇੰਗਲੈਂਡ ਚ ਕਹਿੰਦੇ ਏਦਾਂ ਹੋ ਗਿਆ ਸੋ ਉਹਨਾਂ ਨੂੰ ਜਨਰਲ ਨੌਲੇਜ ਆ ਬਿਲਕੁਲ ਫੋਨ ਨੇ ਜਨਰਲ ਨੌਲੇਜ ਵੀ ਸਾਨੂੰ ਬਹੁਤ ਦਿੱਤੀ ਹਾਂ ਇਹ ਚੀਜ਼ ਹੈ ਕਿ ਬਹੁਤ ਚੀਜ਼ਾਂ ਉਹ ਖਾ ਗਿਆ ਬਿਲਕੁਲ ਹਾਂ ਮਿਊਜ਼ਿਕ ਖਾ ਗਿਆ ਸਾਡਾ ਹੋਰ ਚੀਜ਼ਾਂ ਖਾ ਗਿਆ ਪਰ ਹੈ ਚੰਗੀ ਗੱਲ ਭਾਜੀ ਸਹੂਲਤ ਤਾਂ ਹੈ ਇਸ ਚੀਜ਼ ਦੀ ਦੇਖੋ ਆਪਾਂ ਨੂੰ ਘਰ ਬੈਠੇ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਆਪਾਂ ਕੋਈ ਪਰਿਵਾਰ ਹੈ ਉਹਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਆਪਾਂ ਖਬਰ ਪੜ੍ਹ ਲੈਂਦੇ ਹਾਂ ਲੇਕਿਨ ਕਿਸੇ ਚੀਜ਼ ਦਾ ਹੱਥ ਤੋਂ ਜ਼ਿਆਦਾ ਵਰਤੋਂ ਕਰ ਲਈ ਉਹ ਮਾੜੀ ਹੈ ਹਾਂ ਬਿਲਕੁਲ ਮਤਲਬ ਤੁਸੀਂ ਐਵੇਂ ਹੀ ਖੇਚਲੀ ਕੀਤੀ ਹੈਲੀਕਾਪਟਰ ਕਾਹਨੂੰ ਮੰਗਾਇਆ ਮੇਰੇ ਲਈ ਮੈਂ ਗੱਡੀ 'ਚ ਚਲੇ ਜਾਣਾ ਸੀਗਾ ਕਿਉਂਕਿ ਇੰਨੀ ਲੋੜ ਤਾਂ ਨਹੀਂ ਸੀ ਤੁਸੀਂ ਐਵੇਂ ਚੰਡੀਗੜ੍ਹ ਵਾਲੇ ਉਹ ਹਮੇਸ਼ਾ ਬਹੁਤ ਪਿਆਰ ਸਤਿਕਾਰ ਦਿੰਦੇ ਆ ਜਹਾਜ਼ ਨਾ ਮੰਗਾਇਆ ਕਰੋ ਆਪਾਂ ਉਹ ਆਰਟਿਸਟ ਨਹੀਂ ਕਹਿੰਦੇ ਨਾਲ 10 ਸਪੌਂਸਰ ਰੱਖੇ ਆ ਜਾਂ ਸਾਨੂੰ ਇੰਨੀ ਸਿਕਿਉਰਿਟੀ ਦੀ ਕੋਈ ਪ੍ਰੋਬਲਮ ਆ ਅਤੇ ਕੋਈ ਗੱਲ ਨਹੀਂ ਇਹਦੀ ਚਲੋ ਮੇਰਾ ਖਿਆਲ ਕਿਸੇ ਨੇ ਭੇਜਿਆ ਸਾਡੇ ਲਈ ਵੀ ਚਲੋ ਬਈ ਤੁਸੀਂ ਜਾ ਕੇ ਮੈਨੂੰ ਲੱਗਦਾ ਮੈਂ ਹੈਲੀਕਾਪਟਰ 'ਤੇ ਵੀ ਹੁਣ ਅਗਲਾ ਗਾਣਾ ਚੱਕ ਨਵਾਂ ਮਤਲਬ ਤੁਹਾਡੇ ਜੋ ਵੀ ਸਰੋਤਿਆਂ ਨੂੰ ਮੈਸੇਜ ਮਿਲ ਗਿਆ ਜਿਹੜਾ ਕੰਮ ਤੁਸੀਂ ਕੀਤਾ ਇਹ ਜਹਾਜ਼ ਨਹੀਂ ਜਹਾਜ਼ ਵਾਲਾ ਕੰਮ ਹੈ ਤੁਹਾਡੇ ਲਈ ਜਹਾਜ਼ ਆਉਣੇ ਚਾਹੀਦੇ ਨੇ ਵੱਧ ਇੱਕ ਨਹੀਂ ਇੱਕ ਤੋਂ ਵੱਧ ਤੁਸੀਂ ਪੂਰੇ ਦੁਨੀਆ ਨੂੰ ਗਾਣਾ ਦਿੱਤਾ ਨਵਾਂ ਮੇਰੀ ਅੱਧਿਓ ਜਿਆਦੀ ਲਾਈਫ ਜਿਹੜੀ ਨਾ ਉਹ ਜਹਾਜ਼ਾਂ 'ਚ ਤਾਂ ਹੋਟਲਾਂ 'ਚ ਨਿਕਲੀ ਹਾਂ ਕਿਉਂਕਿ ਕੌਂਸਰਟ ਕਰਨ ਗਿਆ ਤੁਸੀਂ ਦੋ ਦਿਨ ਇੱਧਰ ਚਾਰ ਦਿਨ ਉੱਧਰ ਚੱਕ ਇੱਧਰ ਨੂੰ ਸਮਾਨ ਚੱਕ ਉੱਧਰ ਨੂੰ ਉਹ ਤੁਹਾਨੂੰ ਫਿੱਟ ਵੀ ਰੱਖਦੀ ਹੈ ਉਹ ਚੀਜ਼ ਕਿ ਚੱਲ ਯਾਰ ਉਹ ਮੈਨੂੰ ਲੱਗਦਾ ਮੈਨੂੰ ਲੱਭਦਾ ਫੇਰ ਆ ਗਿਆ ਉਹਨੂੰ ਲੱਗਦਾ ਕਿ ਇਹ ਆਪਣੀ ਅੱਜ ਦੀ ਆਹ ਮਤਲਬ ਇੰਟਰਵਿਊ ਆ ਤੇ ਇੰਟਰਵਿਊ ਤੋਂ ਬਾਅਦ ਆਉਂਦਾ ਹੋਣਾ ਯਾਰ ਮੈਂ ਇੱਕ ਹੋਰ ਆ ਗਿਆ ਹਾਂ ਉਹ ਮਤਲਬ ਮੈਂ ਤੁਹਾਨੂੰ ਥੱਲੇ ਕਿਹਾ ਨਾ ਨਹੀਂ ਉਹੀ ਦੇਖਦਾ ਮੇਰਾ ਘਰ ਸਰਚ ਕਰਦਾ ਸਾਨੂੰ ਝਾਤੀਆਂ ਮਾਰ ਰਹੇ ਵੀ ਥੱਲੇ ਬਲਕਿ ਭਾਜੀ ਖੜੇ ਆ ਮੋਬਾਈਲ ਕਹਿੰਦਾ ਲਾਂਚ ਹੋਇਆ ਅੱਜ ਸਹੀ ਇੰਡੀਆ ਪਾਕਿਸਤਾਨ ਦਾ ਮੈਚ ਆ ਹਾਂਜੀ ਤੇ ਮੈਂ ਚਾਹੂੰਗਾ ਤੁਹਾਡੀ ਸੁਰੀਲੀ ਆਵਾਜ਼ ਦੇ ਵਿੱਚ ਕੋਈ ਦੋ ਲਾਈਨਾਂ ਐਸੀਆਂ ਜਿਹੜੀ ਤੁਸੀਂ ਚਾਹੋ ਡੈਡੀਕੇਟ ਕਰਨਾ ਇੰਡੀਆ ਪਾਕਿਸਤਾਨ ਭਾਰਤ ਪਾਕਿਸਤਾਨ ਦੇ ਮੈਚ ਇੰਡੀਆ ਦਾ ਨਿਕਾਲਣਾ ਤਾਂ ਭਾਰਤ ਆ ਗਿਆ ਮੇਰੇ ਵੱਲੋਂ ਬਹੁਤ ਬਹੁਤ ਗੁੱਡ ਲੱਕ ਜੀ ਔਰ ਮੈਂ ਇਹੀ ਕਹੂੰਗਾ ਕਿ ਸਾਡੀ ਟੀਮ ਨੈਚੁਰਲੀ ਜਿੱਤੇ ਹੈ ਨਾ ਸਾਰੇ ਸਪੋਰਟ ਕਰ ਰਹੇ ਆ ਸਾਰੀ ਦੁਨੀਆ ਸਪੋਰਟ ਕਰ ਰਹੀ ਸੋ ਇਹ ਮੇਰੇ ਵੱਲੋਂ ਤੁਹਾਨੂੰ ਗਾ ਦਿੰਦਾ ਜੀ ਮੈਂ ਉਹ ਗੁੜ ਨਾਲ ਇਸ਼ਕ ਮਿੱਠਾ ਹੋਏ ਹੋ ਗੁੜ ਨਾਲ ਇਸ਼ਕ ਮਿੱਠਾ ਹਾਏ ਹਾਏ ਰੱਬਾ ਲੱਗਣਾ ਕਿਸੇ ਨੂੰ ਜਾਵੇ ਗੁੜ ਨਾਲ ਇਸ਼ਕ ਮਿੱਠਾ ਭੱਲੇ ਛਾਜੋ ਜੀ ਤੇ ਗੁੜ ਰੱਖ ਤੁਹਾਨੂੰ ਕੀ ਬਾਤ ਭਾਜੀ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ ਲੋ ਜੀ ਸਾਡੇ ਨਾਲ ਇਸ ਵਕਤ ਮੌਜੂਦ ਮਲਕੀਤ ਭਾਜੀ ਜਿਨ੍ਹਾਂ ਨੇ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗਾਣਾ ਆ ਰਿਹਾ ਮੋਬਾਈਲ ਤੁਸੀਂ ਜਾ ਕੇ ਜ਼ਰੂਰ ਸੁਣੋ ਆਪਣੇ YouTube ਨੂੰ ਸਰਚ ਕਰਕੇ ਗਾਣਾ ਸਰਚ ਕਰੋ ਮੋਬਾਈਲ ਸੁਣੋ ਤੇ ਕਮੈਂਟ ਕਰਕੇ ਦੱਸੋ ਸਾਨੂੰ ਕਿਵੇਂ ਦਾ ਲੱਗਿਆ ਸਾਡੀ ਗੱਲਬਾਤ ਕਿਵੇਂ ਦੀ ਲੱਗੀ ਮਲਕੀਤ ਭਾਜੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਪ੍ਰਵਾਸੀ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।